ਜੀ ਗੁਰਪਿਆਰੀ ਸੰਗਤ ਜੀ, ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਫਾਈਨਲ ਜਿਹੜਾ ਥਰਡ ਫਲੋਰ ਹੈ ਸਾਡਾ, ਜਿੱਥੇ ਕਿ ਗੁਮਟੀਆਂ ਤੁਹਾਨੂੰ ਬਣਦੀਆਂ ਅਸੀਂ ਦਿਖਾ ਰਹੇ ਸਾਂ। ਗੁਮਟੀਆਂ ਆਲਮੋਸਟ ਜਿਹੜੀਆਂ ਨੇ 90% ਮੁਕੰਮਲ ਹੋ ਚੁੱਕੀਆਂ ਨੇ, ਬਸ ਹੁਣ ਇਹਨਾਂ ਦੇ ਉੱਤੇ ਪਲਸਤਰ ਹੀ ਚੜ੍ਹਨਾ। ਤੁਸੀਂ ਦੇਖੋ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਜਿਹੜੇ ਨੇ ਕੋਲਮਸ ਨੇ ਜਾਂ ਛੋਟੀਆਂ ਆਰਕਸ ਨੇ ਜਾਂ ਗੁੰਬਦ ਹੈ ਉਹ ਕਿਸ ਤਰੀਕੇ ਨਾਲ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ। ਚੌਰਸ ਪਹਿਲੇ ਲਾਇਆ, ਫਿਰ ਚਾਰ ਪਿੱਲਰ ਖੜ੍ਹੇ ਕੀਤੇ, ਫਿਰ ਉਸ ਤੋਂ ਬਾਅਦ ਤਿੰਨ ਤਿੰਨ ਬਾਰੀਆਂ ਹਰ ਪਾਸੇ ਕੱਢੀਆਂ, ਕਿਸ ਤਰੀਕੇ ਨਾਲ ਬਾਰੀਆਂ ਕੱਢਣੀਆਂ ਤੁਹਾਨੂੰ ਬਹੁਤ ਡਿਟੇਲ ਨਾਲ ਅਸੀਂ ਵੀਡੀਓ ਦਿਖਾਈ ਸੀ, ਕਿਉਂਕਿ ਮੇਰੇ ਅੰਦਰ ਇੱਕ ਬਹੁਤ ਜ਼ਿਆਦਾ ਖੁਦ ਵੀ ਕਰੇਜ਼ ਸੀ ਕਿ ਇਹ ਡੋਟਸ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਨੇ। ਤੁਸੀਂ ਦੇਖੋ ਉਹ ਇੱਕ ਇੱਕ ਸੂਤਰ ਦਾ ਨਾਪ ਕੱਢਿਆ ਜਾ ਰਿਹਾ ਕਿ ਹਰ ਗੁਮਟੀ ਦਾ ਸਾਈਜ਼ ਇੱਕ ਜੈਸਾ ਹੋਵੇ, ਠੀਕ ਹੈ ਜੀ। ਛੱਤਰੀ ਜਿਹੜੀ ਉੱਤੇ ਬਣ ਰਹੀ ਹੈ, ਗੁੰਬਦ ਬਣ ਰਿਹਾ, ਉਹਦਾ ਇੱਕ ਇੱਕ ਹੋਣਾ ਚਾਹੀਦਾ। ਸੂਤਰਾਂ 'ਚ ਵੀ ਮਾਤਰਾ ਦਾ ਫਰਕ ਨਹੀਂ ਹੋਣਾ ਚਾਹੀਦਾ। ਤੁਸੀਂ ਦੇਖੋ ਕਿ ਹਰ ਇੱਟ ਦਾ ਸਾਈਜ਼ ਅਲੱਗ ਹੈ ਜਿਹੜੀ ਗੁੰਬਦ ਦੇ ਵਿੱਚ ਲੱਗੀ ਹੋਈ ਹੈ, ਹਰ ਇੱਟ ਦਾ ਸਾਈਜ਼ ਜਿਹੜਾ ਤੁਹਾਨੂੰ ਬਿਲਕੁਲ ਅਲੱਗ ਤੋਂ ਤੁਹਾਨੂੰ ਦਿਖ ਰਿਹਾ ਹੋਏਗਾ। ਔਰ ਆਕਸ ਜਿਹੜੀਆਂ ਨੇ ਉਹਨਾਂ ਦਾ ਸਾਈਜ਼ ਟੋਟਲੀ ਇੱਕ ਜੈਸਾ ਹੈ, ਸਕੁਏਅਰ ਜਿਹੜਾ ਉਹਦਾ ਇੱਕ ਜੈਸਾ ਹੈ, ਉੱਤੋਂ ਡੋਮ ਜਿਹੜਾ ਉਹਦਾ ਕਹਿ ਲਓ ਤੁਸੀਂ ਪੂਰਾ ਜਿਹੜਾ ਡੋਮ ਹੈ ਉਹਦੀ ਜਿਹੜੀ ਰੇਡੀਅਸ ਹੈ ਉਹ ਪੂਰੀ ਇੱਕ ਜੈਸੀ ਹੈ। ਇਸੇ ਤਰ੍ਹਾਂ ਹੀ ਆਲਮੋਸਟ ਸਾਡੀਆਂ ਜਿਹੜੀਆਂ ਨੇ ਤਿੰਨ ਗੁਮਟੀਆਂ ਜਿਹੜੀਆਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ, ਸਿਰਫ ਪਲਸਤਰ ਉਹਨਾਂ ਦਾ ਬਾਕੀ ਹੈ। ਇਹ ਸਾਹਮਣੇ ਤੁਸੀਂ ਦੇਖੋ ਕਿ ਇਹ ਗੁਮਟੀ ਦੇਖੋ ਤੁਹਾਡੀ ਸਾਹਮਣੇ ਜਿਹੜੀ ਹੈ ਬਿਲਕੁਲ ਪੂਰੀ ਹੈ। ਉਸ ਤੋਂ ਬਾਅਦ ਅੱਗੇ ਉਹ ਮੁਕੰਮਲ ਜਿਹੜੀ ਹੈ ਖੁਸ਼ਕ ਹੋਣ ਵਾਸਤੇ ਗੁਮਟੀ ਜਿਹੜੀ ਸੀ ਤੁਹਾਨੂੰ ਲਾਸਟ ਟਾਈਮ ਦਿਖਾਇਆ ਸੀ ਜਿਹਦੇ 'ਤੇ ਕੰਮ ਚੱਲ ਰਿਹਾ ਸੀ, ਉਹ ਕਿੰਨੀ ਖੂਬਸੂਰਤ ਤਰੀਕੇ ਨਾਲ ਮੁਕੰਮਲ ਕੀਤੀ ਗਈ ਹੈ। ਇਹਦੀਆਂ ਤੁਹਾਨੂੰ ਅਸੀਂ ਛੋਟੀ ਜਿਹੜੀਆਂ ਨੇ ਆਕਸ ਜਿਹੜੀਆਂ ਸਨ ਉਹ ਬਣਦੀਆਂ ਦਿਖਾ ਰਹੇ ਸਨ ਤੁਹਾਨੂੰ ਉਸ ਵੇਲੇ। ਹੁਣ ਤੁਸੀਂ ਦੇਖੋ ਆਕਸ ਮੁਕੰਮਲ ਹੋ ਕੇ ਉੱਤੇ ਗੁੰਬਦ ਵੀ ਲੱਗ ਚੁੱਕਿਆ, ਗੁੰਬਦ ਦੇ ਅੰਦਰੋਂ ਵੀ ਪਲਸਟਰ ਹੋ ਚੁੱਕਿਆ। ਕਲਸ ਵਾਸਤੇ ਠੀਕ ਹੈ ਜੀ। ਬਾਗ ਆਪਣੇ ਪੂਰੇ ਰੂਜ ਤੇ ਹੈ ਜੀ ਇਸ ਵੇਲੇ, ਔਰੇਂਜ ਦਾ, ਸਿਟਰਸ ਦਾ। ਸਾਰੇ ਉਸਤਾਦ ਸਿਰ ਜੋੜ ਕੇ ਲੱਗੇ ਹੋਏ ਨੇ ਕਿ ਕੋਈ ਰੱਤੀ ਬਰਾਬਰ ਵੀ ਫਰਕ ਜਿਹੜਾ ਉਹ ਕੰਸਟਰਕਸ਼ਨ ਦੇ ਵਿੱਚ ਨਾ ਆਵੇ। ਲੇਜ਼ਰ ਲੈਵਲ, ਵਾਟਰ ਲੈਵਲ ਤੋਂ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ। ਰਣਜੀਤ ਨਿਗਾਰਾ ਤੁਹਾਡੇ ਤੋਂ 75 ਸਾਲਾਂ ਤੋਂ ਵਿਛੜੇ ਹੋਏ ਜਿਹੜੇ ਗੁਰੂ ਘਰ ਨੇ ਉਹਨਾਂ ਦੀ ਸੇਵਾ ਨਿਭਾਉਣ ਦਾ ਜ਼ਿੰਮੇਦਾਰੀ ਉਹਨਾਂ ਨੇ ਲਈ ਹੈ ਪਾਕਿਸਤਾਨ ਦੇ ਅੰਦਰ। ਕਹਿ ਲਵੋ ਕਿ ਜਿਹੜੀ ਤੁਸੀਂ ਸੁਬਾਹ ਸ਼ਾਮ ਅਰਦਾਸਾਂ ਕਰਦੇ ਸੀ, ਸੇਵਾ ਪੰਥ ਨੂੰ ਬਖਸ਼ੀ ਜਾਵੇ ਜਿਹੜੇ ਸੰਗਤ ਤੋਂ ਵਿਛੋੜੇ ਗਏ ਹਨ, ਉਹਨਾਂ ਦੀ ਸੇਵਾ ਸੰਭਾਲ ਜਿਹੜੀ ਹੈ ਵਾਪਸ ਸੰਗਤਾਂ ਨੂੰ ਬਖਸ਼ੀ ਜਾਵੇ, ਅਤੇ ਉਹ ਸੰਗਤ ਨੂੰ ਦੁਬਾਰਾ ਸੇਵਾ ਸੰਭਾਲ ਦਾ ਮੌਕਾ ਮਿਲਿਆ। ਇਹ ਇੱਕ ਗੋਲਡਨ ਚਾਂਸ ਹੈ ਕਿ ਤੁਸੀਂ ਰਣਜੀਤ ਨਿਗਾਰਾ ਦੇ ਨਾਲ ਆਪਣਾ ਹੱਥ ਵੰਡਾਓ ਔਰ ਹਰ ਤਰ੍ਹਾਂ ਦੀ ਸਪੋਰਟ ਜਿਹੜੀ ਹੈ ਰਣਜੀਤ ਨਿਗਾਰਾ ਨੂੰ ਕਰੋ, ਤਾਂ ਕਿ ਰਣਜੀਤ ਨਿਗਾਰਾ ਤੁਹਾਡੀਆਂ ਖੁਆਇਸ਼ਾਂ ਦੇ ਮੁਤਾਬਕ
ਤੁਹਾਡੀਆਂ ਸੋਚਾਂ ਦੇ ਮੁਤਾਬਕ ਤੁਹਾਡੀਆਂ ਅਰਦਾਸ ਬੇਨਤੀਆਂ ਦੇ ਸਦਕੇ ਇਹ ਸੇਵਾ ਨਿਭਾ ਸਕੇ। ਅਸੀਂ ਇੱਥੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਠੀਕ ਹੈ ਜੀ, ਔਰ ਨਾਲ ਹੀ ਨਾਲ ਇਵਾਕੂਏਟਸ ਪ੍ਰੋਪਰਟੀ ਬੋਰਡ, ਔਰ ਕਹਿ ਲਓ ਤੁਸੀਂ ਕਿ ਇੰਟਰਫੇਥ ਹਾਰਮਨੀ, ਔਰ ਸਾਡੀ ਜਿਹੜੀ ਰਿਲੀਜੀਅਸ ਅਫੇਅਰ ਹੈ, ਔਰ ਗੌਰਮੈਂਟ ਆਫ ਪਾਕਿਸਤਾਨ, ਅਸੀਂ ਸਾਰਿਆਂ ਦੇ ਬਹੁਤ ਤਹੇ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦਾ ਤਾਵਨ ਸਾਡੇ ਨਾਲ ਸ਼ਾਮਿਲ ਰਹਿੰਦਾ। ਤੁਸੀਂ ਵੀ ਅਗਰ ਕਿਸੇ ਕਿਸਮ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਣਜੀਤ ਨਿਗਾਰਾ ਦੇ ਨਾਲ ਤਾਵਨ ਕਰੋ, ਔਰ ਅਗਰ ਤੁਹਾਨੂੰ ਕੋਈ ਵੀ ਕਿਸੇ ਕਿਸਮ ਦੀ ਵੀ ਕੋਈ ਕਿਊਰੀ ਹੈ, ਤੁਸੀਂ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ, ਤੁਸੀਂ ਕੋਈ ਆਪਣਾ ਆਪਣੇ ਵੱਲੋਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਸੇਵਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਣਜੀਤ ਨਿਗਾਰਾ ਦੇ ਔਫੀਸ਼ੀਅਲ ਪੇਜ ਦੇ ਉੱਤੇ ਹੀ ਜਾਓ। ਔਫੀਸ਼ੀਅਲ ਵੈਬਸਾਈਟ ਦੇ ਉੱਤੇ ਤੁਸੀਂ ਉੱਥੇ ਸਾਡੇ ਈਮੇਲ ਐਡਰੈਸਿਸ ਲਿਖੇ ਹੋਏ ਨੇ, ਉੱਥੇ ਵਟਸਐਪ ਨੰਬਰ ਲਿਖੇ ਹੋਏ ਨੇ, ਤੁਸੀਂ ਉਹਨਾਂ ਦੇ ਉੱਤੇ ਆਪਣੀ ਕੋਈ ਵੀ ਸੁਜੈਸ਼ਨ ਸੇਵਾ ਦੇ ਮੁਤਲਕ, ਉੱਥੇ ਅਕਾਊਂਟ ਨੰਬਰ, ਔਰ ਨਾਲ ਦੀ ਨਾਲ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਚੱਲਾਂ ਕਿ ਰਣਜੀਤ ਨਿਗਾਰਾ ਦਾ ਐਵਰੀ ਅਕਾਊਂਟ, ਐਵਰੀ ਪੈਨੀ ਜਿਹੜਾ ਉਹਦੀ ਡਿਟੇਲ ਜਿਹੜੀ ਹੈ US ਗੌਰਮੈਂਟ ਦੇ ਕੋਲ ਮੌਜੂਦ ਹੈ, ਔਰ ਨਾਲ ਦੀ ਨਾਲ ਰਣਜੀਤ ਨਿਗਾਰਾ ਗਾਹੇ ਬਗਾਹੇ ਸੰਗਤ ਦੇ ਨਾਲ ਰੂਬਰੂ ਵੀ ਉਸ ਅਕਾਊਂਟ ਨੂੰ ਕਰਦਾ ਕਿ ਆਪਾਂ ਕਿੰਨੀ ਸੇਵਾ ਔਰ ਕਿੱਥੇ ਕਿੱਥੇ ਲੱਗੀ ਹੈ। ਜਿਸ ਤਰ੍ਹਾਂ ਕਿ ਮਾਤਾ ਸਾਹਿਬ ਕੌਰ ਦੇ ਉੱਤੇ ਉਹਨਾਂ ਨੇ ਇੱਕ ਭਰਵੀਂ ਵੀਡੀਓ ਜਿਹਦੇ ਵਿੱਚ ਪੂਰੀ ਡਿਟੇਲਸ ਦਿੱਤੀਆਂ ਸਨ, ਜਿਨ੍ਹਾਂ ਦੋਸਤਾਂ ਨੂੰ ਕੋਈ ਜ਼ੇਹਨ 'ਚ ਆ ਹੀ ਜਾਂਦਾ ਕਿ ਸੇਵਾ ਕੀਤੀ ਹੈ ਅਤੇ ਸੇਵਾ ਕਿੱਥੇ ਲੱਗ ਰਹੀ ਹੈ, ਤਾਂ ਤੁਸੀਂ ਜ਼ਰੂਰ ਦੇਖੋ, ਤੁਹਾਡਾ ਹੱਕ ਹੈ। ਲੇਕਿਨ ਨਾਲ ਦੀ ਨਾਲ ਕੀਪ ਸਪੋਰਟ, ਅਗਰ ਤੁਸੀਂ ਕੁਛ ਨਹੀਂ ਕਰ ਸਕਦੇ ਤਾਂ ਪਲੀਜ਼ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਅੱਗੇ, ਤਾਂ ਕਿ ਚੰਗਾ ਕੀਤਾ ਹੋਇਆ ਕੰਮ ਕਿਸੇ ਦੂਜੇ ਬੰਦੇ ਤੱਕ ਪਹੁੰਚ ਸਕੇ। ਰੱਬ ਰੱਖਾ, ਅੱਜ ਤੱਕ ਲਈ ਇਹੀ ਹੈ, ਇਜਾਜ਼ਤ ਦਿਓ, ਫਿਰ ਹਾਜ਼ਰ।